ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ایਜ਼ੀ ਦੀ ਗੱਲ ਕਰੀਏ ایਜ਼ੀ ਆਪਾਂ ਕਿੰਦਾ ایمਪਸ ਦੀ ਸਾਈਟ ਦੇ ਅੰਦਰ ਜਾ ਕੇ ਕਰੇ ਬੈਠੇ ਆਪਾਂ ਅਪਲਾਈ ਕਰ ਸਕਦੇ ਹਾਂ ਠੀਕ ਹੈ ਜੀ ਮੈਂ ਕੀਤਾ ਸੀ ਕਿ ਤੇ ਚਲੋ ਮੈਂ ਕਿਹਾ ਮੈਨੂੰ ਇੱਕ ਦੋ ਮੈਸੇਜ ਵੀ ਆਇਆ ਸੀ ਮੈਂ ਕਿ ਉਹ ਮੈਂ ਕਹਿੰਦੇ ਸੀ ਹਾਂਜੀ ایਜ਼ੀ ਕਰੋ ਮੈਂ ਕਿਹਾ ਚਲੋ ਇੱਕ ਵੀਡੀਓ ਮੈਂ ਕਿ ਇੱਥੇ ਵੀ ਬਣਾ ਦਿੰਨੇ ਆ ਇਹ ایمਪਸ ਦੀ ਸਾਈਟ ਹੈ ਜੀ ਠੀਕ ਹੈ ਜੀ ਤੁਸੀਂ Google ਦੇ ਉੱਪਰ hymns ਲਿਖੋਗੇ ਤਾਂ 사이ਟ ਤੇ ਆ ਜਾਓਗੇ ਤੇ ਬਾਅਦ ਦੇ ਅੰਦਰ ਤੁਸੀਂ Intro Mimes ਆ ਤੁਹਾਨੂੰ ਦਿਖ ਰਿਹਾ ਜੀ ਤੁਸੀਂ ਇੱਥੇ ਕਲਿੱਕ ਕਰਨਾ Intro Intro in Mimes ਤੁਸੀਂ ਜਦ ਇੱਥੇ ਕਲਿੱਕ ਕਰੋਗੇ ਤਾਂ ਆਪਾਂ ਇਸ ਪੇਜ ਤੇ ਆ ਜਾਵਾਂਗੇ ਇਹਦੇ ਅੰਦਰ ਸਪੀਡ ਹੈ ਜੀ ਮੇਰੇ ਕੋਲ ਮੈਂ ਸਪੀਡ ਨੂੰ ਕਲਿੱਕ ਕੀਤਾ ਤੇ ਇਹਦੇ ਅੰਦਰ ਪੋਸਟੀ ਦੀ ਮੇਰੇ ਕੋਲ ਹੈਗੀ ਹੈ ਮੈਂ ਪੋਸਟੀ ਦੀ ਕਲਿੱਕ ਕਰਕੇ ਮੇਠੇ ਆ ਗਿਆ ਜੀ ਬਾਰਕੋਡ ਹੈ ਜੀ ਲੈਪਟਾਪ ਤੇ ਸੀਗਾ ਮੈਂ ਤੇ ਬਾਰਕੋਡ ਫੋਨ ਦੇ ਅੰਦਰੋਂ ਮੈਂ ਐਡ ਹੋ ਗਿਆ ਜਿਹੜੇ ਮੇਰੇ ਵੀਰ ਫੋਨ ਤੋਂ ਕਰਨਾ ਚਾਹੁੰਦੇ ਆ ਫੋਨ ਤੋਂ ਵੀ ਇਜ਼ੀ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਇਹਦੇ ਅੰਦਰ ਤੁਸੀਂ ਆਪਣੀ ਮੇਲ ਤੇ ਪਾਸਵਰਡ ਜਿਹੜਾ ਸਪੀਡ ਦਾ ਤੁਹਾਡਾ ਬਣਿਆ ਤੁਸੀਂ ਕਰਕੇ ਇੰਤਰਾ ਕੌਨਸਪੀਡ ਕਰ ਦਿਓ ਠੀਕ ਹੈ ਜੀ ਕੌਨਸੈਂਟੋ ਕਰਤਾ ਜੀ ਮੈਂ ਜੇ ਕੌਨਸੈਂਟੋ ਕੀਤਾ ਤੇ ਮੈਂ ਦੇਖੋ ਆਲਰੇਡੀ ਐਂਟਰ ਹੋ ਗਿਆ ਐਮਸ ਦੀ ਸਾਈਟ ਤੇ ਮੈਂ ਉੱਪਰ ਇਜ਼ੀ ਲਿਖਿਆ ਦੇਖੋ ਕਿੰਨੇ ਤਰੀਕੇ ਦੇ ਇਜ਼ੀ ਆ ਗਏ ਆ 이지 이ਵਲਾ ਵੀ ਇਹ ਕਾਫੀ ਦੋ ਤਿੰਨ ਤਰੀਕੇ ਦੇ ਆ ਚਲੋ ਆਪਾਂ ਸ਼ੁਰੂ ਕਰਦੇ ਹਾਂ ਇਜ਼ੇ ਪੋਸਟ ਰਿਫੋਰਮਾ 2015 ਮੈਂ ਟੈਕ ਕਲਿੱਕ ਕੀਤਾ ਜੀ ਤੁਸੀਂ ਇਸ ਪੇਜ ਤੇ ਆ ਜਾਓਗੇ ਆ ਦੇਖ ਰਹੇ ਹੋ ਐਕਵੀਜ਼ਿਸ਼ਨ ਹੈ ਨਾ ਜੀ ਐਕਵੀਜ਼ਿਸ਼ਨ ਆਪਾਂ ਨੇ ਇਸ ਤੇ ਜਾਣਾ ਜਿੱਦਾਂ ਹੀ ਤੁਸੀਂ ਪੇਜ ਖੋਲੋਗੇ ਤੁਹਾਨੂੰ ਸਾਹਮਣੇ ਦਿਖ ਜੇਗਾ ਤੁਸੀਂ ਐਕਵੀਜ਼ਿਸ਼ਨ ਤੇ ਤੁਸੀਂ ਕੀ ਕਰੋਗੇ ਹੇ ਨੀਚੇ ਤੁਹਾਨੂੰ ਦਿਖ ਹੀ ਰਿਹਾ ਹੈ ਤਾਂ ਵਾਹ ਲਹਣਾ ਜੀ ਤੁਸੀਂ ਬਲੂ ਵਾਲੇ ਤੇ ਕਲਿੱਕ ਕਰ ਦੇਵੋ ਇਨੀਸ਼ੀਏਸ਼ਨ ਜਿੱਦੈ ਕਰੋਗੇ ਤੁਸੀਂ ਇਸ ਪੇਜ ਤੇ ਆ ਜਾਓ ਇਹਦੇ ਅੰਦਰ ਜੋ ਜੋ ਸਪੀਡ ਨਾਲ ਐਂਟਰ ਹੋਏਗਾ ਉਹਨਾਂ ਦਾ ਇੱਥੇ ਕੋਈ ਚਿੱਪਸ ਕਾਲੇ ਦਿਖਣ ਲੱਗ ਜਾਏਗਾ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਰਾਈਟ ਕਲਿੱਕ ਕਰਕੇ ਇਹਨੂੰ ਬਲੂ ਕਰਕੇ ਇਨੀਸ਼ੀਏਸ਼ਨ ਤੇ ਆ ਜੜੇ ਇੱਥੇ ਤੁਸੀਂ ਕਲਿੱਕ ਕਰਦੇ ਹੋ ਠੀਕ ਹੈ ਜੀ ਕਰੋਗੇ ਤੇ ਇਦਾਂ ਆ ਜਾਏਗਾ ਡੀ ਐਸ ਏ ਉਹ ਕੰਪਾਈਲਾਰੇ ਹਨ ਜੀ ਇਹ ਡੀ ਐਸਓ ਮੀਨੀਆ ਇੱਕ ਇੰਟੀਗਰਲ ਹੈ ਆਪਾਂ ਮੀਨੀ ਪਰਾਂਗੇ ਇੰਟੀਗਰਲ ਲਈ ਜਿੱਦਾਂ ਵੀ ਫੈਮਿਲੀ ਦੇ ਅੰਦਰ ਮੰਮੀ ਪਪਾ ਨਹੀਂ ਨਾਲ ਰਹਿੰਦੇ ਜਾਂ ਸੌਰੀ ਤੇ ਜਿੱਦਾਂ ਵੀ ਅਗਰ ਕੋਈ ਬੱਚਾ ਇਕੋ ਰਾਤੂਆ ਚਲੋ ਰੱਬ ਨਾ ਕਰੇ ਇਦਾਂ ਹੋਵੇ ਉਹਨਾਂ ਲਈ ਚਲੋ ਡੀ ਐਸਓ ਜੋ ਇੰਟੀਗਰਲ ਹੈ ਉਹ ਆਪਾਂ ਨੂੰ ਕੰਪਾਈਲਾਰੇ ਕਰਨਾ ਪੈਂਦਾ ਜੀ ਆਪਾ ਨੋਰਮਲ ਤੇ ਫੈਮਲੀ ਮੈਂਬਰ ਐਡ ਕਰਨੇ ਸਿਰਫ atheology ਲਈ DS ਨੂੰ ਮੀਨੀ ਠੀਕ ਹੈ ਜੀ ਚਲੋ ਆਪਾਂ ਕਰਦੇ ਹਾਂ ਜੀ ਆ ਦੇਖੋ DS ਇੰਤਿਕ ਮੈਂ ਵੈਸੇ ਸਕਰੀਨਸ਼ਾਟ ਲੈ ਲੇ ਸੀਗੇ ਆ ਦੀ ਐਸ ਮੀਨ ਦੀ ਕੋਲ ਜਾ ਕੇ ਇੱਥੇ ਤੁਸੀਂ ਕਲਿੱਕ ਕਰੋਗੇ ਜਿੱਦਾਂ ਕਲਿੱਕ ਕਰੋਗੇ ਤੇ ਤੁਸੀਂ ਇਸ ਪੇਜ ਤੇ ਆ ਜਾਓਗੇ ਇਸ ਪੇਜ ਤੇ ਆ ਕੇ ਇਹਨੂੰ ਬਲੂ ਕਰਦੇ ਹੋ ਜੀ ਕਲਿੱਕ ਕਰਕੇ ਠੀਕ ਹੈ ਜੀ ਕਰਨ ਤੋਂ ਬਾਅਦ ਤੁਸੀਂ ਇਨੀਸ਼ੀਆ ਕਰਦੇ ਹੋ ਆ ਦੇਖੋ ਨੀਚੇ ਕੰਪਲੀਸ਼ਨ ਇੱਥੇ ਕਲਿੱਕ ਕਰਦੇ ਹੋ ਠੀਕ ਹੈ ਜੀ ਹੋ ਗਿਆ ਜੀ ਤਾਨੂੰ ਪੁੱਛੇਗਾ ਹਾਂਜੀ ਸੀ ਕਨਫਰਮ ਆਪਰੇਸ਼ਨ ਇਸ ਸੀ ਕਰੋਗੇ ਨਾਲ ਹੀ ਤੁਸੀਂ ਇਸ ਪੇਜ ਤੇ ਆ ਜਾਓਗੇ ਇਹਦੇ ਅੰਦਰ ਤੁਹਾਡਾ ਇੱਥੇ ਕੋਈ ਚੀਫਿਸ ਕਾਲ ਹੈ ਤੇ ਚਲੋ ਨਾਮ ਦਿਖਣ ਲੱਗ ਜੇਗਾ ਹਨਾ ਜੀ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹਹੀ ਸੇਮ ਪੇਜ ਆ ਦੇਖੋ ਹਨਾ ਤੁਸੀਂ ਕੀ ਕਰਨਾ ਤੁਸੀਂ ਆ ਤੁਹਾਨੂੰ ਦਿਖ ਰਿਹਾ ਨੀਚੇ ਇੱਥੇ ਕੁੰਪੀਲਾ ਦਾਤੀ ਨੀਚਲੇ ਪੇਜ ਤੇ ਆਹ ਵਾਲਾ ਕੁੰਪੀਲਾ ਦਾਤੀ ਨੂੰ ਤੁਸੀਂ ਕਲਿੱਕ ਕਰਨਾ ਹੈ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਜਦ ਤੈਨੂੰ ਫਰੰਟ ਤੇ ਇਹ ਚੀਜ਼ ਦਿਖੇਗੀ ਤੁਸੀਂ ਕੰਪਲੈਸਿਨ ਦੇ ਮੋਡਲ ਹੀ ਬਾਜ਼ੇ ਤੁਸੀਂ ਕਮ ਇਸ ਤੇ ਕਲਿੱਕ ਕਰ ਦੇਣਾ ਠੀਕ ਹੈ ਜੀ ਜਦ ਤੁਸੀਂ ਇਸ ਤੇ ਕਲਿੱਕ ਕਰੋਗੇ ਤੇ ਆਪਾਂ ਆ ਜਾਵਾਂਗੇ ਇਸ ਪੇਜ ਤੇ ਇਸ ਪੇਜ ਦੇ ਅਗੇ ਜੀ ਇਸ ਪੇਜ ਦੇ ਅੰਦਰ ਆਪਾਂ ਆਪਣਾ ਅਭਿਤਾ ਸਿਉਨੇ ਤੇ ਕਰਨਾ ਪਹਿਲੇ ਇਹਨੂੰ ਨਹੀਂ ਕੁਝ ਕਰਨਾ ਇਹਨੂੰ ਛੱਡ ਦੇ ਇਦਾਂ ਹੀ ਤੁਸੀਂ ਮੋਡੀਫਾਈਕਾ ਦਾਤੀ ਕਰਨੀ ਹੈ ਇਸ ਤੇ ਕਲਿੱਕ ਕਰਦੇ ਹੋ ਠੀਕ ਹੈ ਜੀ ਇਹਦੇ ਅੰਦਰ ਹੁਣ ਤੁਸੀਂ ਆਪਣਾ ਜਿਹੜਾ ਐਡਰੈਸ ਹੈ ਘਰ ਦਾ ਨੰਬਰ ਕਾਪ ਪਰ ਵਿੰਚਾ ਸਾਰਾ ਕੁਝ ਪਰ ਕੇ ਜਿਹੜੀ ਆਹ ਚੀਜ਼ ਤੁਹਾਨੂੰ ਥੋੜਾ ਜਿਹਾ ਜ਼ੂਮ ਕਰ ਦਿੰਦਾ ਹਾਂ ਚਲੋ ਮੈਂ ਇਹਦੇ ਅੰਦਰ ਇਹ ਸਾਨੂੰ ਪੁੱਛੇਗਾ ਵੀ ਸਾਡਾ ਘਰ ਆਪਣਾ ਹੈ ਕਿਰਾਏ ਦਾ ਹੈ ਜਾਂ ਕੋਮੋ ਦਾ ਤੋਂ ਫਰੀ ਹੈ ਹੁਣ ਜਿਹੜੇ ਮੇਰੇ ਵੀਰੇ ਕੋਲ ਫਰੀ ਵਾਲਾ ਫਰੀ ਲਿਖਣਾ ਲੋਕਸੀਓ ਨੇ ਹੈਗਾ ਜੇ ਕਿਰਾਏ ਤੇ ਤੁਸੀਂ ਲੋਕਸੀਓ ਨੇ ਕਿਰਾਏ ਤੇ ਕਰਦੇ ਜਿਨ੍ਹਾਂ ਦੀ ਆਪਣੀ ਪ੍ਰੋਪਰਟੀ ਹੈ ਉਹ ਦੀ ਪ੍ਰੋਪਰਟੀ ਲਿਖ ਦੇਣ ਠੀਕ ਹੈ ਜੀ ਮੇਰੇ ਕੋਲ ਆਪਣਾ ਚਲੋ ਫਿਰ ਵੀ ਮੈਂ ਲੋਕਸੀਓ ਨੇ ਤੇ ਇੱਕ ਵਾਰ ਕਲਿੱਕ ਕਰਕੇ ਮੈਂ ਤੁਹਾਨੂੰ ਦਿਖਾਵਾਂ ਵੀ ਅਗਰ ਕੋਈ ਮੇਰੇ ਵੀਰ ਕਿਰਾਏ ਤੇ ਹੈ ਤੇ ਉਹਨਾਂ ਨੇ ਕੀ-ਕੀ ਭਰਨਾ ਹੈ ਠੀਕ ਹੈ ਜੀ ਉਹਨਾਂ ਨੇ ਆ ਦੇਖ ਲਓ ਕੰਟਰੈਕਟ ਤੋਂ ਉਹਦਾ ਨੰਬਰ ਭਰਨਾ ਜੀ ਠੀਕ ਆ ਪਹਿਲੇ ਆਪਣਾ ਕੋਈ ਚੀਫੀ ਸਕਾਲੇ ਪਰਨ ਇੱਥੇ ਦੋਹੋਂ ਦੇ ਨਾਮ ਹੈ ਤੇ ਦੋਨੋਂ ਭਰ ਦੇਣ ਨਹੀਂ ਤਾਂ ਆਪਣਾ ਇੱਕ ਦਾ ਭਰ ਦੇਣ ਫਿਰ ਇਸ ਤਰੀਮੀ ਡੇਟ ਲਿਖ ਦੇਣੀ ਜੀ ਕਦੋਂ ਖਾਤਾ ਕਹ ਠੀਕ ਆ ਜੀ ਸੈਰੀਆ ਕੀ ਆ ਤੀਪੂ ਦੀ ਕੰਟਰੈਕਟ ਉਹ ਉਹਦੀ ਚ ਫੀਚੋ ਸ਼ਾਇਦ ਉੱਤੇ ਲਿਖਿਆ ਹੋਏਗਾ ਤਾਂ ਪੜ੍ਹਦੇ ਤੇ ਇਹਦੇ ਅੰਦਰ ਮੀਨ ਬਸ ਇਹੀ ਆ ਅਜ ਤੇ ਨੂਮਰੋ ਪੜ੍ਹਦੇ ਕੰਟਰੈਕਟ ਦਾ ਤੇ ਕਾਨੂੰਨੇ ਜ਼ਰੂਰ ਭਰਿਓ ਕਿਉਂਕਿ ਜਿੰਨਾ ਤੁਸੀਂ ਸਾਲ ਚ ਕਰਾਇਆ ਦਿੰਦੇ ਹੋ ਨੰਨੇ ਸਾਲ ਦਾ ਪੁੱਛਿਆ ਇਹਦੇ ਅੰਦਰ ਟੋਟਲ ਪੈਸੇ ਲਿਖਦੇ ਹੋ ਠੀਕ ਹੈ ਜੀ ਕਰਨ ਤੋਂ ਬਾਅਦ ਤੁਸੀਂ ਕੁਝ ਨਹੀਂ ਕਰਨਾ ਜਦੋਂ ਤੁਸੀਂ ਇਹ ਭਰ ਲਿਆ ਪੇਜ ਤੇ ਤੁਸੀਂ ਆ ਦੇਖੋ ਉਹੀ ਇਹੀ ਸੇਮ ਪੇਜ ਹੈ ਨਿਚਲਾ ਸਾਈਡ ਹੈ ਸਾਲਵਾ ਕਰ ਦੇਣਾ ਠੀਕ ਹੈ ਜੀ ਚਲੋ ਮੈਂ ਵੈਸੇ ਦੱਸਿਆ ਵੀ ਚਲੋ ਜਿਹੜੇ ਮੇਰੇ ਵੀਰ ਕੋਲ ਅਗਰ ਕਰਾਇਦਾ ਤੇ ਉਹ ਵੀ ਕਰ ਇਦਾਂ ਕਰਨਾ ਉਹਨਾਂ ਨੇ ਚਲੋ ਮੇਰੇ ਕੋਲ ਤਾਂ ਆ ਦੇਖੋ ਮੈਂ ਤਾਂ ਦੀ ਪ੍ਰੋਪਰਿਟੀ ਦਾ ਕਰ ਰੇ ਮੇਰੇ ਕੋਲ ਆਪਣਾ ਤੇ ਮੈਂ ਦੀ ਪ੍ਰੋਪਰਿਟੀ ਦਾ ਕਰਕੇ ਸਾਲਵਾ ਕਰਦਾ ਠੀਕ ਹੈ ਜੀ ਸਾਲਵਾ ਕਰਨ ਤੋਂ ਬਾਅਦ ਆਪਾਂ ਆ ਜਾਵਾਂਗੇ ਇਸ ਪੇਜ ਤੇ ਇਹ ਤੁਹਾਨੂੰ ਪੁੱਛੇਗਾ ਕਨਫਰਮ ਹਾਂਜੀ ਕਿਉਂ ਦੀ ਕਰਦੇ ਹੋ ਨਾਲ ਹੀ ਤੁਸੀਂ ਇਸ ਪੇਜ ਤੇ ਆ ਜਾਓਗੇ ਸੇਮ ਪੇਜ ਉਹੀ ਓਪਨ ਫਰੰਟ ਵਾਲਾ ਪਹਿਲੇ ਆਪਾਂ ਨੀਚੇ ਕੀਤਾ ਸੀਗਾ ਹੁਣ ਤੁਸੀਂ ਆਹ ਦੇਖੋ ਤੁਹਾਨੂੰ ਦਿਖ ਰਿਹਾ ਛੋਟਾ ਜਿਹਾ ਬਲੂ ਕਲਰ ਦੀ ਆਹ ਚਾਬੀ ਜੀ ਹੈ ਨਾ ਚਾ ਇਨ ਕੀ ਆ ਵੀ ਇੰਗਲਿਸ਼ ਆਈ ਥਿੰਕ ਪਤਾ ਨਹੀਂ ਕੀ ਬੋਲਦੇ ਇੱਥੇ ਜੇ ਕਲਿੱਕ ਕਰੋਗੇ ਤਾਂ ਆਹ ਕੁੰਪੀਲਾ ਦਾਤੀ ਤੇ ਕਲਿੱਕ ਕਰਦੇ ਜਿਹੜਾ ਦਿੱਕੇ ਰਾਨ ਤੇ ਹੈ ਮੀਨਸ ਜਿਹੜਾ ਆਪਣੀ ਸਪੀਡ ਨਾਲ ਐਂਟਰ ਹੋਇਆ ਹਜੇ ਸਿਰਫ ਆਪਾਂ ਉਹਦੇ ਹੀ ਪੜ੍ਹਨਾ ਹੈ ਜਦ ਉਹਦਾ ਫਿਨਿਸ਼ ਹੋ ਜਾਏਗਾ ਫਿਰ ਫੈਮਿਲੀ ਮੈਂਬਰ ਸ਼ੁਰੂ ਹੋਣਗੇ ਵਾਈਫ ਬੱਚੇ ਤੁਸੀਂ ਇੱਥੇ ਕੁੰਪੀਲਾ ਦਾਤੀ ਕਲਿੱਕ ਕਰਤੀ ਜੀ ਠੀਕ ਹੈ ਜੀ ਸੌਰੀ ਤੇ ਉਸ ਤੋਂ ਬਾਅਦ ਆ ਦੇਖੋ ਜਿੱਦਾਂ ਸਾਰਾ ਕੁਝ ਬਣ ਗਿਆ ਜੀਗਾ ਵੀ ਕਹਿਣ ਦਾ ਮਤਲਬ ਕੋਦੀ ਚੀਫ ਇਸ ਕਾਲ ਹੈ ਜੀ ਦੇ ਕਿਰਾਂਤੇ ਅਸੀਂ ਠੀਕ ਹੈ ਕਨਿਓਮੇ ਨੋਮੇ ਇੰਦੀਆ ਐਸਟਰੋ ਚਿਤਾ ਦਿਨਾਂਸ ਸਾਰਾ ਕੁਝ ਓਟੋਮੈਟਿਕਲੀ ਖਿਆ ਆ ਜਾਣਾ ਅਗਰ ਨਹੀਂ ਲਿਖਾਇਗਾ ਲਿਖ ਲਿਓ ਠੀਕ ਹੈ ਜੀ ਵੈਸੀ ਓਟੋਮੈਟਿਕ ਆਇਆ ਮੇਰੇ ਓਟੋਮੈਟਿਕਲੀ ਆਇਆ ਤਾਂ ਆਂਦਾ ਹੋਏਗਾ ਠੀਕ ਹੈ ਜੀ ਅੱਛਾ ਉਸ ਤੋਂ ਬਾਅਦ ਹੋ ਗਿਆ ਜੀ ਇਹ ਸੇਮ ਪੇਜ ਹੈ ਜੀ ਇਹ ਉਹੀ ਜ ਜੇ ਤੁਸੀਂ ਸਾਰਾ ਕੁਝ ਦੇਖ ਲਿਆ ਤੇ ਤੁਸੀਂ ਆ ਜਿੱਥੇ ਮੈਂ ਗ੍ਰੀਨ ਰੰਗ ਦਾ ਨੀਚੇ ਨੂੰ ਕਲਿੱਕ ਕੀਤਾ ਤੁਸੀਂ ਤੇ ਸਾਲਵਾਂ ਤੇ ਮਾਈ ਬੰਤੀ ਕਰਦੇ ਹੋ ਠੀਕ ਹੈ ਜੀ ਸਰਵਾਵਾਈਵੰਤੀ ਹੋ ਗਿਆ ਤੁਸੀਂ ਇਸ ਤੋਂ ਬਾਅਦ ਇਸ ਤੇ ਆ ਜਾਓਗੇ ਕੁਝ ਨਹੀਂ ਕਰਨਾ ਆਪਾਂ ਨੇ ਇਸ ਪੇਜ ਤੇ ਐਡਰੈਸ ਆਪਾਂ ਪਹਿਲੇ ਤੁਸੀਂ ਦੇਖਿਆ ਵੀ ਆਪਾਂ ਪਹਿਲੇ ਐਡ ਕਰ ਚੁੱਕੇ ਹਾਂ ਹਨਾ ਜੀ ਚਲੋ ਉਸ ਤੋਂ ਬਾਅਦ ਆਪਾਂ ਇਹਨੂੰ ਇਦਾਂ ਹੀ ਛੱਡ ਦੇਣਾ ਜੀ ਉਸੇ ਪੇਜ ਜੋ ਹੁਣੀ ਪੇਜ ਸੀਗਾ ਉਹਨੂੰ ਛੱਡ ਕੇ ਜੇ ਥੋੜਾ ਜਿਹਾ ਨੀਚੇ ਆਓਗੇ ਇਹਦੇ ਅੰਦਰ ਟੈਲੀਫੋਨ ਨੰਬਰ ਜੀ ਆਪਣਾ ਤੇ ਇੱਥੇ ਮੇਲ ਠੀਕ ਹੈ ਜੀ मूड फिर उस तो बाद बा अंदर ऐड करना है भी आप क्या कम करते हैं दरानते क्या करता है अगर इनकेस दिकरान फोर से काजिंग फैमिली का कोई भी मैंबर 이지 온라인 ਅਪਲਾਈ ਕਰ ਸਕਦਾ ਹੈ ਤੇ ਜਿੰਨੇ ਵੀ ਫੈਮਿਲੀ ਮੈਂਬਰ ਉਹਨਾਂ ਲਈ ਉਹ इजी ਆਏਗਾ ਠੀਕ ਹੈ ਜੀ ਯੂਜ਼ ਜੇ ਦਿੱਕੇ ਰੰਤੀ ਅਗਰ ਕੰਮ ਕਰਦਾ ਠੀਕ ਹੈ ਨਹੀਂ ਕੰਮ ਕਰਦਾ ਨੋ ਕੋਪਾਤੋ ਲੈ ਕੇ ਕਾਜ਼ਾ ਲਿੰਗਾ ਕੋਈ ਮੇਰੀ ਭੈਣ ਆ ਉਹ ਖੁਦ ਘਰੇ ਬੈਠ ਕੇ ਕਰਨਾ ਚਾਹਦੀ ਹੈ ਅਗਰ ਉਹਦੇ ਹਸਬੰਦ ਯੂਜ਼ ਕਰਨ ਤਾਂ ਕੋਈ ਪ੍ਰੋਬਲਮ ਨਹੀਂ ਹੈ ਬਸ ਉਹ ਆਪਣਾ ਪ੍ਰੋਫੈਸ਼ਨ ਜਿੱਦਾ ਜਿੱਦਾ ਐਡ ਕਰਨੇ ਆਪਣੇ ਨਾਮ ਸੇ ਜੋ ਵੀ ਉਹਦਾ ਐਡ ਕਰਨ ਉਹ ਠੀਕ ਹੈ ਜੀ ਚਲੋ ਹੁਣ ਮੈਂ ਆਪਣੇ ਨਾਮ ਤੋਂ ਕਰ ਰਿਹਾ ਮੈਂ ਲਬੋਰਾ ਤੋਰੇ ਡਿਪੈਂਡੈਂਟ ਹੂ ਟੈਂਪੋ ਇਨ ਡਿਟਰਮੀਨੇਟੋ ਠੀਕ ਹੈ ਜੀ ਮੈਂ ਇਹ ਕਲਿੱਕ ਕਰਤਾ ਜੀ ਸਾਲਵਾ ਤੇ ਬਾਈ ਗਲਤੀ ਤੁਸੀਂ ਸਾਲਵਾ ਬਾਈ ਗਲਤੀ ਕਰੇ ਜਾਣਾ ਸਾਲਵਾ ਤੇ ਬਾਈ ਗਲਤੀ ਆ ਦੇਖੋ ਸਾਲਵਾ ਤੇ ਬਾਈ ਗਲਤੀ ਮੈਂ ਪਹਿਲੇ ਇੱਥੇ ਦੀ ਕਲਿੱਕ ਲਗਾ ਦਿੱਤੀ ਹੈ ਗ੍ਰੀਨ ਰੰਗ ਦੇ ਵੀ ਥੋੜਾ ਜਿਹਾ ਚਲੋ ਅੱਛਾ ਉਸ ਤੋਂ ਬਾਅਦ ਆ ਜਾਗੇ ਆਪਾਂ ਪੱਤਰੀ ਮੋਨੀਓ ਮੋਬਲੀ ਆ ਰਹੇ ਹੈ ਨਾ ਜੀ ਇਹਦਾ ਮਤਲਬ ਸਾਡੇ ਕੋਲ ਬੈਂਕ ਅਕਾਊਂਟ ਹੈ ਆਪਾਂ ਕੋਈ ਫਾਈਨੈਂਸ਼ੀਅਲ ਯੂ ਦੇ ਅੰਦਰ ਐਡ ਹੈ ਹਾਂ ਜੀ ਤੁਸੀਂ ਦੂਜੇ ਤੇ ਕਲਿੱਕ ਕਰਨਾ ਜੀ ਐਪਲੀਕੇਸ਼ਨ ਕਰ ਦੇਣਾ ਇਹਨੂੰ ਠੀਕ ਹੈ ਜੀ ਅਪਲੀਕੇਸ਼ਨ ਕੀਤਾ ਤੇ ਆਹ ਹੱਥ ਸਹੀ ਮੈਂ ਦਬੀ ਬਣ ਗਿਆ ਜਨਾ ਜੁੰਜੀ ਪਤਰੀ ਮੌਨੀ ਉਤੇ ਕਲਿੱਕ ਕਰ ਦੇਣਾ ਤੁਸੀਂ ਠੀਕ ਹੈ ਜੀ ਜੁੰਜੀ ਨੂੰ ਪਤਰੀ ਮੌਨੀ ਉਤੇ ਕਲਿੱਕ ਕਰੋਗੇ ਤੁਸੀਂ ਆ ਜਾਓਗੇ ਇੱਥੇ ਇਹਦੇ ਅੰਦਰ ਕੁੰਤੂ ਕੋਰਿੰਟੇ ਉਤੇ ਕਲਿੱਕ ਕਰ ਲਿਓ ਤੇ ਕਾਫੀ ਸਾਰੇ ਆਪਸ਼ਨ ਆਉਂਦੇ ਤੇ ਕੁੰਤੂ ਕੋਰਿੰਟੇ ਜੀ ਹਾਂ ਜੀ ਕੁੰਤੂ ਕੋਰਿੰਟੇ ਇਹ ਬਣੇ ਦੇ ਅੰਦਰ ਆਪਣਾ ਈਵਨ ਪਾ ਦਿਓ ਜੀ ਸਾਲ ਦੁੱਧ ਲਿਖ ਦਿਓ ਇਹਦੇ ਅੰਦਰ ਤੁਹਾਡੀ 31 ਦਸੰਬਰ 2019 ਚ ਕਿਉਂ 2021 ਚਾਹ ਰਹੇ ਤਾਂ 2019 ਦੀ ਮੰਗਦੇ ਆ ਤੁਸੀਂ ਆਪਣੀ ਸਾਲ ਤੋਂ ਗਚੀਨ ਸਮੇਦੀਆ ਤੁਸੀਂ ਆਪਣਾ ਜਿੱਥੇ-ਜਿੱਥੇ ਤੁਹਾਡਾ ਅਕਾਊਂਟ ਹੈ ਜਾਂ ਲਿਬਰੀ ਤੋਂ ਪੋਸਟਾਲੇ ਹੈ ਜਾਂ ਪੋਸਟਪੀ ਹੈ ਤੇ ਤੁਸੀਂ ਗਚੀਨ ਸਮੇਦੀਆ ਲੈਣਾ ਜਾ ਕੇ ਉਹਨਾਂ ਤੋਂ ਤੇ ਪੇਪਰ ਤੇ ਸਭ ਕੁਝ ਲਿਖਿਆ ਹੁੰਦਾ ਹੈ ਉਹ ਪੇਪਰ ਤੁਸੀਂ ਦੇਖ ਕੇ ਇਹਦੇ ਵਿੱਚ ਬਸ ਤੁਸੀਂ ਭਰ ਦੇਣਾ ਜੋ ਜਿੱਦਾਂ ਗਚੀਨ ਸਮੇਦੀਆ 1732 ਲਿਖਿਆ ਸੀ ਮੈਂ ਲਿਖਤਾ ਅੱਛਾ ਕੋਦੀ ਚੀਫ ਸਕਾਲੇ ਵੀ ਉੱਤੇ ਲਿਖਿਆ ਹੁੰਦਾ ਇਹ ਕੋਦੀ ਚੀਫ ਸਕਾਲੇ ਹੀ ਹੈਗਾ ਜਿੱਦਾਂ ਉਪਰਾ ਤੋਰੇ ਜਿੱਦਾਂ ਮੇਰੇ ਕੋਲ ਬੈਂਕਾ ਇੰਤਜ਼ਾ ਹੈ ਬੈਂਕਾ ਇੰਤਜ਼ਾਲ ਆਦਾ ਕੋਦੀ ਚੀਫ ਸਕਾਲੇ ਹੈ ਜੀ ਜਿੰਨਾ ਕੋਲ ਜਿਹੜਾ ਵੀ ਬੈਂਕ ਹੈ ਉਹਨਾਂ ਦਾ ਕੋਈ ਚਿਪਸ ਕਾਲੀ ਦੇ ਅੰਦਰ ਜਦ ਤੁਸੀਂ ਗੇਜਿੰਸ ਗੇਜਿੰਸ ਆਮੇ ਦੀ ਆ ਲਓਗੇ ਉਹਦੇ ਅੰਦਰ ਸਭ ਕੁਝ ਲਿਖਿਆ ਹੁੰਦਾ ਠੀਕ ਹੈ ਜੀ ਸਾਲਵਾ ਕਰ ਦੇਣਾ ਠੀਕ ਹੈ ਜੀ ਸਾਲਵਾ ਕਰਤਾ ਜੀ ਆਪਾਂ ਆ ਜੂਗੇ ਇਸ ਪੇਜ ਤੇ ਉਨ ਕਈ ਮੇਰੇ ਵੀਰਾਂ ਕੋਲ ਜਿੱਦਾਂ ਹੁਣ ਮੇਰੇ ਕੋਲ ਇੱਕ ਨਹੀਂ ਹੈ ਮੇਰੇ ਕੋਲ ਦੋ ਤਿੰਨ ਅਕਾਊਂਟ ਹੈ ਤੇ ਆਪਾਂ ਕੀ ਕਰਨਾ ਹੈ ਆਪਾਂ ਫਿਰ ਜੁੰਜੀ ਪਤਰੀ ਨੂੰ ਇੱਕ ਦੇਖੋ ਐਡ ਹੋ ਚੁੱਕਿਆ ਉੱਪਰ ਤੁਸੀਂ ਫਿਰ ਜੁੰਜੀ ਕਰ ਦੇਣਾ ਇੱਕ ਵਾਰ ਫਿਰ ਕਲਿੱਕ ਕਰੋਗੇ ਆ ਦੇਖੋ ਫਿਰ ਮੈਂ ਐਡ ਕਰਤਾ ਦੂਸਰਾ ਫਿਰ ਮੈਂ ਤੀਸਰਾ ਕਰਤਾ ਇਦਾਂ ਟੋਟਲ ਮੈਂ ਚਾਰ ਕਰ ਤੁਸੀਂ ਜੁੰਜੀ ਪਤਰੀ ਨੂੰ ਕਰੀ ਜਾਣੇ ਜਿੰਨੇ ਤੁਹਾਡੇ ਅਕਾਊਂਟ ਹੈ ਤੁਸੀਂ ਦੇ ਅੰਦਰ ਐਡ ਕਰ ਦੇਣੇ ਆ ਕਰਨ ਤੋਂ ਬਾਅਦ ਆ ਛੋਟਾ ਜਿਹਾ ਕਲਿੱਕ ਨੂੰ ਅੱਗੇ ਚਲੇ ਜਾਣਾ ਰਾਈਟ ਜਿਹੜੇ ਤੁਹਾਨੂੰ ਦਿਖ ਰਿਹਾ ਬਿਲਕੁਲ ਛੋਟਾ ਜਿਹਾ ਠੀਕ ਹੈ ਜੀ ਤੁਸੀਂ ਜਦ ਇਹਦੇ ਨਾਲ ਅੱਗੇ ਜਾਓਗੇ ਫੇਰ ਆ ਜਾਵਾਂਗੇ ਜੀ ਆਪਾਂ ਇਸ ਪੇਜ ਤੇ ਆਲਟਰੋ ਪਟ੍ਰਿਮੋਨੀਅਮ ਮੋਬਿਲਿਆਰੇ ਇਹ ਉਹਨਾਂ ਲਈ ਹੈ ਮੈਂ ਖਾਲੀ ਛੱਡਤਾ ਸੀਗਾ ਜਿੱਦਾਂ ਆਪਾਂ ਕਈ ਵਾਰ ਬੋਨੀ ਫਰੁੱਤੂ ਫੇਰੀ ਜਾਂ ਜਿਹਨੂੰ ਆਪਾਂ ਐਫ ਡੀ ਕਹਿ ਦਿੰਨੇ ਆ ਤੇ ਕੁਝ ਹੋਰ ਉਹ ਚੀਜ਼ ਜੇਕਰ ਤੁਸੀਂ ਦੇ ਵਿੱਚ ਐਡ ਕਰਨੀ ਹੈ ਤੇ ਤੁਸੀਂ ਇਹਦੇ ਵਿੱਚੋਂ ਚਿਰਤੀ ਫਕਾਤ ਡਿਪੋਜ਼ਿਟ ਉਹ ਬੋਨੀ ਫਰਤੀ ਫੀਰੀ ਕਰਕੇ ਉਹਦਾ ਨੰਬਰ ਨੰਬਰ ਇਹਦਾ ਵੀ ਚੇਨਸਾ ਮੇਰੀ ਜਦ ਤੁਸੀਂ ਪੋਸਟ ਆਫਿਸ ਤੋਂ ਲੈਂਦੇ ਹੋ ਤੁਹਾਨੂੰ ਦੇ ਦਿੰਦੇ ਆ ਤੇ ਇਹਦੇ ਅੰਦਰ ਫਿਰ ਆਪਾਂ ਉਹ ਪਾਣਾ ਹੈ ਮੇਰੇ ਕੋਲ ਨਹੀਂ ਹੈ ਕੁਝ ਵੀ ਇਹ ਠੀਕ ਹੈ ਜੀ ਮੈਂ ਖਾਲੀ ਛੱਡਦਾ ਤੇ ਮੈਂ ਵਾਈ ਵਾਂਦੀ ਚਲੇ ਗਿਆ ਠੀਕ ਹੈ ਜੀ ਤੁਸੀਂ ਵਾਈ ਵਾਂਦੀ ਇੱਥੋਂ ਵੀ ਜਾ ਸਕਦੇ ਆ ਦੇਖੋ ਦਿਖ ਰਿਹਾ ਤੁਹਾਨੂੰ ਪਰੇ ਜੀ ਦਿਨ ਸਾ ਹੋ ਗਿਆ ਸੀਗਾ ਪਤ੍ਰੀਮونیਓ ਮੋਬਲੀਆਰੇ ਜਿਹੜਾ ਪਹਿਲੇ ਕਰਕੇ ਆਟੀਆਂ ਜਿਹੜਾ ਇਹ ਵਾਲਾ ਪੇਜ ਆ ਉਹ ਏ ਹੈ ਪਤ੍ਰੀ ਇਸ ਤੋਂ ਬਾਅਦ ਆਏਗਾ ਪਤ੍ਰੀਮونیਓ ਈ ਮੋਬਲੀਆਰੇ ਠੀਕ ਹੈ ਤੁਸੀਂ ਇਹ ਕਰਕੇ ਸਾਲਵਾ ਕਰ ਦਿਆ ਕਰੋ ਜਾਂ ਇੱਥੇ ਕਲਿੱਕ ਕਰ ਲਿਆ ਕਰੋ ਠੀਕ ਹੈ ਜੀ ਜਿੱਦਾਂ ਮਰਜ਼ੀ ਕਰ ਸਕਦੇ ਨੇ ਤੇ ਵਾਈਵਾਂਤੀ ਵਾਈਵਾਂਤੀ ਸਾਲਵਾ ਵਾਈਵਾਂਤੀ ਠੀਕ ਹੈ ਜੀ ਹੋ ਗਿਆ ਜੀ ਇਹ ਵੀ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਾਂ ਇਸ ਤੇ ਪਤ੍ਰੀਮونیਓ ਈ ਮੋਬਲੀਆਰੇ ਠੀਕ ਹੈ ਜੀ ਇਦੇ ਅੰਦਰ ਜੂੰ ਜੀਨ ਪੈਟ੍ਰਿਮੋਨੀਅਮ ਇਹ ਉਹਨਾਂ ਲਈ ਆ ਜਿਨ੍ਹਾਂ ਦੇ ਕਿਰਾਏ ਦੇ ਘਰ ਆ ਉਹਨਾਂ ਲਈ ਨਹੀਂ ਆ ਇਹ ਇਹ ਜਿਨ੍ਹਾਂ ਦੇ ਆਪਣੇ ਘਰ ਆ ਤੇ ਉਹਨਾਂ ਨੂੰ ਇਹ ਵਿੱਚ ਉਹਦੇ ਵਿੱਚ ਐਡ ਕਰਨਾ ਪਊਗਾ ਜਿੱਦਾਂ ਹੁਣ ਮੈਨੂੰ ਆਪਣੇ ਘਰ ਦਾ ਸਿਸਟਮ ਸਾਰਾ ਇਹਦੇ ਵਿੱਚ ਪਾਉਣਾ ਪਊਗਾ ਅ ਜੂੰ ਜੀਨ ਪੈਟ੍ਰਿਮੋਨੀਅਮ ਮੈਂ ਕਲਿੱਕ ਕਰਿਆ ਜੀ ਕਲਿੱਕ ਕਰਨ ਤੋਂ ਬਾਅਦ ਮੈਂ ਇਸ ਪੇਜ ਤੇ ਆ ਗਿਆ ਇਹਦੇ ਅੰਦਰ ਜਿਨ੍ਹਾਂ ਦੇ ਆਪਣੇ ਵੀਰਾਂ ਦੇ ਘਰ ਆ ਉਹ ਫੈਬ੍ਰਿਕਾਂਤੀ ਇਹਦੇ ਅੰਦਰ ਲਿਖਣਗੇ ਠੀਕ ਹੈ ਜੀ ਪ੍ਰਵਿੰਚਾ ਕਿਹੜਾ ਹੈ ਕਬੂਨਾ ਕਿਹੜਾ ਹੈ ਪੈਸੇ ਕਰਦੀ ਜਿਹੜੀ ਤੁਸੀਂ ਜਦੋਂ ਆਪਾਂ ਘਰ ਖਰੀਦਿਆ ਸੀ ਕਿੰਨੇ ਦਾ ਸੀਗਾ ਤੇ ਮੂੰਹ ਤੋਂ ਤੁਹਾਡਾ ਚੱਲ ਰਿਹਾ ਹੈ ਤੇ ਮੂੰਹ ਤੋਂ ਕਿੰਨਾ ਜੋ ਹੈ ਸਿਸਟਮ ਹੋ ਤੁਸੀਂ ਇਹਦੇ ਅੰਦਰ ਰਜ਼ੀਦ ਹੋ ਮੂੰਹ ਤੋਂ ਲਿਖ ਦਿਓ ਠੀਕ ਹੈ ਜੀ ਤੇ ਸਾਲਵਾ ਕਰ ਦੇਣਾ ਠੀਕ ਹੈ ਜੀ ਸਾਲਵਾ ਹੋ ਗਿਆ ਜੀ ਸਲਵਤ ਤੋਂ ਬਾਅਦ ਤੁਸੀਂ ਇਸ ਸਪੀਚ ਤੇ ਆ ਜਾਓਗੇ ਕੁੱਦ ਪਰਨ ਦੀ ਕੋਈ ਜ਼ਰੂਰਤ ਨਹੀਂ ਹੈ ਸੈਤ ਤਰਿੰਤਾ ਅਗਰ ਹੈਗਾ ਤੁਸੀਂ ਭਰ ਸਕਦੇ ਹੋ ਵੈਸੇ ਨਹੀਂ ਜ਼ਰੂਰਤ ਤੁਸੀਂ ਆ ਦੇਖੋ ਮੈਂ ਉੱਪਰ ਗ੍ਰੀਨ ਰੰਗ ਤੇ ਤੁਹਾਨੂੰ ਦੱਸਿਆ ਉਸ ਤੇ ਤੁਸੀਂ ਕਲਿੱਕ ਕਰ ਦੇਣਾ ਵਾਈਵਾਂਤੀ ਠੀਕ ਹੈ ਜੀ ਤੁਸੀਂ ਉਸ ਤੇ ਅੱਗੇ ਅੱਗੇ ਜਾਇ ਜਾਣਾ ਓਕੇ ਜੀ ਖਾਲੀ ਛੱਡ ਦੇਣਾ ਤੇ ਉਸ ਤੋਂ ਬਾਅਦ ਆਬ ਵਹੀਕੁਲੀ ਹੈ ਜੀ ਠੀਕ ਹੈ ਜੀ ਆ ਦੇਖੋ ਵਹੀਕੁਲੀ ਅਸੀਂ ਇਹ ਨਹੀਂ ਮੈਂ ਬਿਲਕੁਲ ਸਕਿਪ ਕਰਤਾ ਹੈ ਇਹਦੇ ਵਿੱਚ ਇੱਕ ਸੇਣੀ ਦਾ ਆਏਗਾ ਤੁਸੀਂ ਸਕਿਪ ਕਰ ਦਿਓ ਤੇ ਉਦਾਂ ਹੀ ਵਾਈਵਾਂਤੀ ਕਰ ਦਿਓ ਬਿਨਾ ਕੁਝ ਭਰੇ ਠੀਕ ਹੈ ਜੀ ਵਹੀ ਕੋਲੀ ਆ ਗਿਆ ਅਜੁੰਜੀ ਉਹਨ ਵੇ ਕੋਲ ਕਲਿੱਕ ਕਰ ਦੇਣਾ ਜੀ ਉਹਦੇ ਅੰਦਰ ਤੁਸੀਂ ਇਹਦੇ ਅੰਦਰ ਉਤਰੋ ਵੇ ਕੋਲ ਮੋਟਰਸਾਈਕਲ ਆ ਮੋਟਰ ਮੋਤੋਸ ਲਿਖਿਆ ਸਭ ਕੋ ਮੋਤੋ ਚਿਕ ਲੋ ਜੇ ਉਹ ਤਾਰਗਾ ਉਹਦਾ ਪਾ ਕੇ ਸਾਲਵਾ ਕਰ ਦੇਣਾ ਠੀਕ ਹੈ ਜੀ ਸਾਲਵਾ ਕਿਤੇ ਨਾਲ ਹੀ ਮੈਂ ਆਪਣੇ ਫਰੰਟ ਪੇਜ ਤੇ ਆ ਗਿਆ ਜੀ ਅਗਰ ਨਹੀਂ ਤੁਸੀਂ ਆਓਗੇ ਤੇ ਤੁਸੀਂ ਆ ਦੇਖ ਲਓ ਮੈਂ ਪਹਿਲੇ ਸਮਝਾ ਦਿੰਦਾ ਹਾਂ ਅਨੋਗ੍ਰਾਫਿਕਾ ਤੇ ਤੁਸੀਂ ਕਲਿੱਕ ਕਰੋਗੇ ਤੇ ਤੁਸੀਂ ਇਹ ਪੇਜ ਅਨੋਗ੍ਰਾਫਿਕਾ ਵਾਲਾ ਹੈ ਇਹ ਵਾਲਾ ਠੀਕ ਹੈ ਜੀ ਤੇ ਹੁਣ ਮੇਰਾ ਜਿਹੜਾ ਮੇਰਾ ਸੀ ਜੋ ਸੀਗਾ ਮੈਂ ਸਾਰਾ ਕੁਝ ਇਹਦੇ ਅੰਦਰ ਆਪਣਾ ਆਪਣਾ ਸਾਰਾ ਕੁਝ ਪਾ ਤਾ ਐਡਰੈਸ ਪਾ ਤਾ ਐ ਅੱਛਾ ਮੈਂ ਆਪਣੇ ਬੈਂਕ ਅਕਾਊਂਟ ਸਾਰੇ ਪਾਤੇ ਇੱਕ ਚੀਨ ਸਮੇਂ ਇਹਦੀਆ ਕਾਰ ਦਾ ਸਿਸਟਮ ਪਾਤਾ ਸਾਰਾ ਹਨਾ ਜੀ ਉਸ ਤੋਂ ਬਾਅਦ ਹੁਣ ਜਿੱਦਾਂ ਮੇਰੇ ਘਰੇ ਵਾਈਫ ਹੈ ਇੱਕ ਮੇਰੇ ਬੇਟੀ ਆ ਤੇ ਹੁਣ ਮੈਂ ਐਡ ਕਰਨਾ ਉਹਨਾਂ ਨੂੰ ਆ ਤੁਹਾਨੂੰ ਦਿਖ ਰਿਹਾ ਪਰ ਜੂਨ ਜੀ ਜੂਨ ਜੀ ਹੁਣ ਕੰਪੋਨੈਂਟ ਤੇ ਹਨਾ ਜੀ ਤੁਸੀਂ ਇੱਥੇ ਕਲਿੱਕ ਕਰਨਾ ਜੂਨ ਜੀ ਹੁਣ ਕੰਪੋਨੈਂਟ ਤੇ ਫੈਮਿਲੀ ਮੈਂਬਰ ਇੱਕ ਇੱਕ ਕਰਕੇ ਜਿੱਦਾਂ ਮੈਂ ਹੁਣ ਤੁਹਾਨੂੰ ਵੀਡੀਓ ਦੇ ਅੰਦਰ ਆਪਣੀ ਜਿੱਦਾਂ ਜਿੱਦਾਂ ਚੀਜ਼ਾਂ ਐਡ ਕੀਤੀਆਂ ਜਿੱਦਾਂ ਤੁਸੀਂ ਜੁੰਝੀ ਕੰਪੋਨੈਂਟ ਕਰੋਗੇ ਕੋਈ ਵੀ ਪਰਸਨ ਐਡ ਕਰੋਗੇ ਉਹਦਾ ਵੀ ਪ੍ਰोसीजर ਸੇਮ ਇਸੀ ਤਰ੍ਹਾਂ ਸਟਾਰਟ ਹੋ ਜਾਏਗਾ ਜਿੱਦਾਂ ਜਿੱਦਾਂ ਵੀਡੀਓ ਦੇ ਅੰਦਰ ਮੈਂ ਪਰ ਰਿਹਾ ਹਾਂ ਤੁਸੀਂ ਇਦਾਂ ਹੀ ਫੋਰ ਐਗਜ਼ਾਮਪਲ ਵਾਈਫ ਆਕਰ ਉਹਦਾ ਕੋਈ ਅਕਾਊਂਟ ਨਹੀਂ ਹੈ ਤੇ ਤੁਹਾਨੂੰ ਪਤਾ ਹੀ ਹੈ ਵੀ ਉਹ ਇੱਥੇ ਕਲਿੱਕ ਕਰਨਾ ਪਸੋਰੀ ਮੈਂ ਤੁਹਾਨੂੰ ਦਿਖਾ ਦਿੰਦਾ ਇਹ ਮੇਰੀ ਵਾਈਫ ਨੇ ਮੈਂ ਸਾਰਾ ਕੁਝ ਐਡ ਕੀਤਾ ਕੰਟੀਨਿਊਆ ਕਰਤਾ ਜੀ ਠੀਕ ਹੈ ਜੀ ਸੀਮ ਉਹ ਹੀ ਚੀਜ਼ ਚੱਲ ਪਈ ਆ ਦੇਖੋ ਸੀਮ ਉਧਰ ਹੀ ਪ੍ਰੋਸੀਜਰ ਚੱਲ ਪਿਆ ਉਹਨਾਂ ਲਈ ਵੀ ਹਰ ਚੀਜ਼ ਜੇਕਰ ਤੁਸੀਂ ਐਡ ਕਰਨੀ ਆ ਪਰਣੀ ਆ ਆਹਾ ਦਿਖ ਰਿਹਾ ਤੁਹਾਨੂੰ ਅਗਰ ਇਨ ਕੇਸ ਕਰਦੇ ਅੰਦਰ ਕੋਈ ਅਗਰ ਮਿਨਰਨ ਨੇ ਸੋ ਜੇ ਤੋ ਮਿਨਰਨ ਨੇ ਨੋਨਾ ਅਲਕੁਨ ਰਹੀ ਦਿੱਤੋ ਤੇ ਤੁਸੀਂ ਇੱਥੇ ਕਲਿੱਕ ਕਰਨਾ ਹੁਣ ਅਗਰ ਇਨ ਕੇਸ ਮੀਨੂ ਰਹਿਣੇ ਨਹੀਂ ਹੈ ਤੇ ਤੁਸੀਂ ਇੱਥੇ ਨਹੀਂ ਕਰ ਸਕਦੇ ਚਲੋ ਕੋਈ ਨਹੀਂ ਆਪਾਂ ਸਾਲਵਾਤੇ ਵਾਈ ਵਾਂਤੀ ਤੇ ਜਾਣਾ ਠੀਕ ਹੈ ਜੀ ਤੁਸੀਂ ਸਾਲਵਾਤੇ ਵਾਈ ਵਾਂਤੀ ਤੇ ਜਾਓਗੇ ਤੇ ਤੁਸੀਂ ਇਸ ਇਸ ਜਗ੍ਹਾ ਆ ਜਾਓਗੇ ਰੈਜੀਡੈਂਸ ਆ ਕੁਝ ਨਹੀਂ ਕਰਨਾ ਆਪਾਂ ਪਹਿਲੇ ਐਡ ਕੀਤਾ ਹੋਇਆ ਠੀਕ ਹੈ ਜੀ ਕਾਜ਼ਾ ਲਿੰਗਾ ਦੇਖੋ ਜੀ ਕਾਜ਼ਾ ਲਿੰਗਾ ਬਸ ਤੁਸੀਂ ਵਾਈ ਵਾਂਤੀ ਕਰ ਹੀ ਜਾਓਗੇ ਤੁਹਾਨੂੰ ਪਤਾ ਲੱਗੇ ਜਾਏਗਾ ਤੁਹਾਨੂੰ ਵੀਡੀਓ ਦੇਖ ਕੇ ਥੋੜਾ ਜਿਆਦਾ ਡਿਫਿਕਲਟ ਲੱਗੇਗਾ ਲੇਕਿਨ ਜੇ ਤੁਸੀਂ ਖੁਦ ਬੈਠ ਕੇ ਕਰਨ ਲੱਗੋਗੇ ਤਾਂ ਬਹੁਤ ਈਜ਼ੀ ਹੈ ਠੀਕ ਹੈ ਜੀ ਤੇ ਬਾਕੀ ਜਿਹੜੇ ਮੇਰੇ ਵੀਰਾਂ ਨੇ ਮੇਰਾ YouTube ਦਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਕਰ ਲੈਣ ਅਗਰ ਵੀਡੀਓ ਜਿੰਨਾ ਦੇ ਕੰਮ ਦੀ ਹੋਇਆ ਕਰੇ ਜਾਂ ਜਿੰਨਾਂ ਦੇ ਕੰਮ ਆਏ ਉਹ ਪਲੀਜ਼ ਜਰੂਰ ਸਬਸਕ੍ਰਾਈਬ ਕਰਿਆ ਕਰੋ ਵੀ ਅਗਰ ਤੁਸੀਂ ਸਬਸਕ੍ਰਾਈਬ ਕਰਦੇ ਹੋ ਵੀ ਤੁਹਾਡੇ ਲਈ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਕੋਈ ਪੈਸੇ ਲੱਗਦੇ ਹੋਣੇ ਬਿਲਕੁਲ ਫ੍ਰੀ ਆ ਤੇ ਮੈਨੂੰ ਇਦਾਂ ਹੁੰਦਾ ਵੀ ਚਲੋ ਵੀਡੀਓ ਲਾਈਕ ਹੋ ਜਾਈਏ ਜਾਂ ਸਬਸਕ੍ਰਾਈਬ ਹੋ ਜਾਏ ਥੋੜਾ ਜਿਹਾ ਇਹ ਹੋ ਜਾਂਦਾ ਕਿ ਵੀ ਚਲੋ ਬੰਦੇ ਦੇਖਦੇ ਆ ਪਸੰਦ ਕਰਦੇ ਹਨਾ ਜੀ ਚਲੋ ਸਾਲਵਾ ਵਾਈਵਾਨ ਤੇ ਜੀ ਠੀਕ ਹੈ ਜੀ ਹੋ ਗਿਆ ਜੀ ਉਸ ਤੋਂ ਬਾਅਦ ਆ ਦੇਖੋ ਇੱਥੇ ਆ ਜਾਏਗਾ ਆ ਦੇਖੋ ਹੁਣ ਜਿਨ੍ਹਾਂ ਦੇ ਜੋ ਵੀ ਜਿਨ੍ਹਾਂ ਦਾ ਕੁਛ ਨਹੀਂ ਹੈ ਰੇਜੀ ਤੋਂ ਤੁਸੀਂ ਇੱਥੇ ਕਲਿੱਕ ਕਰਨਾ ਪਹਿਲੇ ਵਾਲੇ ਤੇ ਠੀਕ ਹੈ ਜੀ ਅਲਕੁੰਨ ਰਿਪੋਰਟ ਤੋਂ ਫਾਈਨੈਂਸ਼ੀਅਰੀਓ ਬਸ ਉੱਥੇ ਫਿਨਿਸ਼ ਹੋ ਜਾਣਾ ਲੇਕਿਨ ਮੇਰੀ ਵਾਈਫ ਕੋਲ ਜਿੱਦਾਂ ਹੋਣ ਇੱਕ ਲਿਬਰੀ ਤੋਂ ਪੋਸਟਾ ਵਾਲੇ ਹੈ ਤੇ ਮੈਨੂੰ ਇੱਥੇ ਕਲਿੱਕ ਕਰਨਾ ਪੈ ਰਿਹਾ ਤੇ ਮੈਨੂੰ ਐਡ ਕਰਨਾ ਪਏਗਾ ਹਨਾ ਜੀ ਚਲੋ ਮੈਂ ਉਹ ਐਡ ਕਰ ਦਿੰਦਾ ਹਾਂ ਅਗਰ ਜਿਨ੍ਹਾਂ ਕੋਲ ਨਹੀਂ ਹੈ ਤੁਸੀਂ ਉੱਪਰ ਵਾਲੇ ਤੇ ਕਲਿੱਕ ਕਰਕੇ ਆ ਦੇਖੋ ਮੈਂ ਗ੍ਰੀਨ ਰੰਗ ਦੇ ਨਾਲ ਦਾ ਨਾਰੰੰਜੀ ਕਲਰ ਦਾ ਦਿਖ ਰਿਹਾ ਤੁਸੀਂ ਉਹਨੂੰ ਕਲਿੱਕ ਕਰ ਦਿਓ ਬਸ ਠੀਕ ਚਲੋ ਮੈਂ ਹੁਣ ਉਹਨੂੰ ਐਡ ਕੀਤਾ ਜੀ ਸਾਰਾ ਕੁਝ ਹੋ ਗਿਆ ਕੰਪਲੀਟ ਮੈਂ ਚਲੋ ਸਕੀਪ ਕਰਤਾ ਸੀਗਾ ਕਿਉਂਕਿ ਪਹਿਲੇ ਆਲਰੇਡੀ ਮੈਂ ਤੁਹਾਨੂੰ ਵੀਡੀਓ ਚ ਦੱਸ ਚੁੱਕਿਆ ਹਾਂ ਫਿਰ ਅਜຸນ ਜੀ ਕੰਪੋਨੈਂਟ ਜਿਸ ਤਰ੍ਹਾਂ ਮੇਰੀ ਬੇਟੀ ਹੈ ਮੈਂ ਉਹਦਾ ਨਾਮ ਵਿੱਚ ਪਾਣਾ ਤੁਸੀਂ ਫਿਰ ਉਹਨੂੰ ਕਲਿੱਕ ਕਰਨਾ ਹੈ ਫਿਰ ਉਹਦੇ ਅੰਦਰ ਬੱਚਾ ਛੋਟਾ ਤੇ ਮੈਂ ਸਿੱਧਾ ਹੀ ਜਿੱਦਾਂ ਹੀ ਮੈਂ ਦੇਖੋ ਇਹਨੂੰ ਕਲਿੱਕ ਕੀਤਾ ਆ ਦੇਖੋ ਜਿੱਦਾਂ ਹੀ ਮੈਂ ਇੱਥੇ ਆ ਗ੍ਰੀਨ ਰੰਗ ਦੇ ਵਿੱਚ ਮੈਂ ਇਹਨੂੰ ਕਲਿੱਕ ਕੀਤਾ ਸਾਰਾ ਕੁਝ ਬੰਦ ਖਤਮ ਹੋ ਗਿਆ ਤੇ ਮੈਂ ਐਪਲੀਕਾ ਨੀਚੇ ਐਪਲੀਕਾ ਕੀਤਾ ਤੇ ਮੈਂ ਆ ਗਿਆ ਇਸ ਪੇਜ ਤੇ ਆਪਣੇ ਪਹਿਲੇ ਪੇਜ ਤੇ ਫਰੰਟ ਤੇ ਤਿੰਨਾਂ ਦੇ ਨਾਮ ਇੱਦਾਂ ਤੁਹਾਨੂੰ ਦਿਖਣ ਲੱਗ ਜੂਗੇ ਉਹ ਮੇਰੇ ਤੋਂ ਸਕਰੀਨਸ਼ਾਟ ਨਹੀਂ ਲਏ ਹੋਇਆ ਚਲੋ ਤਾਂ ਜਿੰਨੇ ਵੀ ਤੁਸੀਂ ਐਡ ਕਰੀ ਜਾਓਗੇ ਬਸ ਇੱਥੇ ਉਹਨਾਂ ਦੇ ਨਾਮ ਸਰਨੇਮ ਕੋਦੇ ਚਿਪਸ ਕਾਲੇ ਦਿਖਣ ਲੱਗ ਜਾਣੇ ਆ ਠੀਕ ਹੈ ਜੀ ਜਦ ਸਾਰਾ ਕੁਝ ਹੋ ਜਾਏਗਾ ਤੁਸੀਂ ਇਸੇ ਪੇਜ ਦੇ ਅੰਦਰ ਨਿਚਲੀ ਸਾਈਡ ਤੇ ਜਾ ਕੇ ਆ ਦੇਖ ਲਓ ਆ ਚੀਜ਼ ਇੱਥੇ ਜਿੱਥੇ ਮੈਂ ਗ੍ਰੀਨ ਰੰਗ ਦਾ ਦੱਸਿਆ ਆ ਲਿਖਿਆ ਸੋਤੋ ਸਕ੍ਰਿਸਿਓਨੇ ਦਲਾ ਡੀਐਸਯੂ ਠੀਕ ਹੈ ਜੀ ਤੁਸੀਂ ਇਹਨੂੰ ਕਲਿੱਕ ਕਰ ਦੇਣਾ ਜੀ ਇਹਨੂੰ ਕਲਿੱਕ ਕਰਨ ਤੋਂ ਬਾਅਦ ਫਿਰ ਇਹ ਪੇਜ ਆ ਜਾਏਗਾ ਜੀ ਇਹਦੇ ਅੰਦਰ ਤੁਸੀਂ ਭਰ ਦੇਣਾ ਜਿੱਦਾਂ ਵੀ ਜੋ ਵੀ ਆਪਣਾ ਕਮੂਨੇਦਾਨ ਜਿੱਥੇ ਤੁਸੀਂ ਰਹਿੰਦੇ ਹੋ ਉਹ ਭਰ ਦੇਣਾ ਬਾਕੀ ਸਾਰਾ ਕੁਝ ਰਹਿੰਦੇ ਹੋ ਕੁਛ ਨਾ ਕਰਿਓ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਤੁਹਾਨੂੰ ਮੇਲ ਦਿਖਣ ਲੱਗ ਜੇਗੀ ਤੁਹਾਡੀ ਠੀਕ ਹੈ ਜੀ ਅਚੇਤਾ ਅਚੇਤਾ ਇਹ ਸੋਤੋ ਸਕਰੀ ਵੀ ਕਰ ਦੇਣਾ ਜਿੱਦਾਂ ਹੀ ਤੁਸੀਂ ਅਚੇਤਾ ਸੋਤੋ ਸਕਰੀ ਵੀ ਕੀਤਾ ਆਸ ਇਹ ਵੀ ਦਾ ਆ ਜਾਏਗਾ ਤੁਸੀਂ ਸੀ ਕਰਦੇ ਹੋ ਸੀ ਕਰਿਓ ਤੇ ਆ ਪੇਪਰ ਬਣ ਕੇ ਆ ਜਾਏਗਾ ਇਦੇ ਅੰਦਰ ਤੁਹਾਡਾ ਇਥੇ ਨਾਮ ਸਰਨੇਮ ਸਾਰਾ ਕੁਝ ਆ ਦੇਖੋ ਪ੍ਰੋਟੋਕੋਲ ਨਿਯਾਤੋਂ ਨੰਬਰ ਹੈ ਈਜ਼ੀ ਦਾ ਠੀਕ ਹੈ ਜੀ 2021 ਇਹ ਫਿਰ ਉਸ ਤੋਂ ਬਾਅਦ ਤਾਂ ਪਾ ਤੁਸੀਂ ਕਟਨਾ ਰਸੀਬ ਤਾਂ ਕੱਢ ਲਿਓ ਨਹੀਂ ਤਾਂ ਬਸ ਓਕੇ ਬੰਦ ਕਰ ਦਿਓ ਕੰਪਿਊਟਰ ਤੇ 7-8 ਦਿਨਾਂ ਬਾਅਦ ਜਿਹੜਾ ਈਜ਼ੀ ਜਦੋਂ ਤੁਹਾਨੂੰ ਪਾ ਦੇਣਗੇ ਤੇ ਉਹ ਮੈਂ ਤੁਹਾਨੂੰ ਪਹਿਲੇ ਹੀ ਆਲਰੇਡੀ ਵੀਡੀਓ ਬਣਾ ਚੁੱਕਿਆ ਹਾਂ ਵੀ ਤੁਸੀਂ ਕਿੱਦਾਂ ਡਾਊਨਲੋਡ ਕਰਨਾ ਠੀਕ ਹੈ ਜੀ ਚਲੋ ਠੀਕ ਹੈ ਮੇਰੇ ਵੀਰ ਜੀ ਆਪਾਂ ਅਗਲੀ ਵੀਡੀਓਜ਼ ਮਿਲਦੇ ਹਾਂ ਚਲੋ ਵੀਡੀਓ ਵੀ ਚਲੋ ਇਨੀ ਮੈਨਸ ਉਸ ਦਾ ਸੀ ਬਹੁਤ ਜ਼ਿਆਦਾ ਲੰਬੀ ਬਣੀ ਕਿਉਂਕਿ 50 ਸਕਰੀਨਸ਼ਾਟ ਸੀਗੇ ਮੈਂ ਕਿਹਾ ਕਾਫੀ ਟਾਈਮ ਲੱਗੇਗਾ ਚਲੋ ਵਧੀਆ ਚਲੋ ਅਗਲੀ ਨੈਕਸਟ ਵੀਡੀਓ 'ਚ ਮਿਲਦੇ ਹਾਂ ਜੀ ਬਾਏ ਜੀ